ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਨਵੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਰੈਡ ਕਰਾਸ ਸੁਸਾਇਟੀ ਪਲਾਈ ਸਾਖਾ ਫਰੀਦਕੋਟ ਦੇ ਵੱਲੋਂ ਹਸਪਤਾਲ ਦੇ ਵਿੱਚ ਬਕ ਬਕ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਅਲੱਗ-ਅਲੱਗ ਪੋਸਟਾਂ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਣਾ ਜੀ ਅਗਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂਕੇ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਪੇਪਰ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਲਾਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਜੀ ਅਪਡੇਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਹੈ ਜਿਸ ਨੂੰ ਤੁਸੀਂ ਭਰ ਕੇ ਪੋਸਟਾਂ ਦੇ ਲਈ ਅਪਲਾਈ ਕਰਨਾ ਹੁੰਦਾ ਹੈ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਦੇਖ ਕੇ ਤੁਸੀਂ ਉਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਹੁਣ ਚਲੋ ਆਪਾਂ ਵੀਡੀਓ ਵੱਲ ਵਧਦੇ ਆਂ ਜੀ ਪਹਿਲਾਂ ਤੁਸੀਂ ਨੋਟ ਕਰੋ ਜੀ ਤੋ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਰੱਖੀ ਗਈ ਜੀ ਪੋਸਟਾਂ ਭਰਨ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ 2/6/2022 ਯਾਨਕਿ 2 ਜੂਨ 2022 ਤੱਕ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੇ ਇਹ ਦਰਖਾਸਤਾਂ ਨੇ ਜੋ ਐਪਲੀਕੇਸ਼ਨ ਨੇ ਜੀ ਰੈੱਡ ਕਰਾਸ ਸੁਸਾਇਟੀ ਰੈੱਡ ਕਰਾਸ ਭਵਨ ਸਾਇਕ ਸਾਦਿਕ ਚੌਂਕ ਫਰੀਦਕੋਟ ਵਿਖੇ ਜਮ੍ਹਾਂ ਕਰਵਾਈਆਂ ਜਾਣ ਜੀ ਉਸ ਤੋਂ ਬਾਅਦ ਜੋ ਅਰਜ਼ੀਆਂ ਪ੍ਰਾਪਤ ਹੋਣਗੀਆਂ ਉਹਨਾਂ ਨੂੰ ਵਿਚਾਰਿਆ ਨਹੀਂ ਜਾਵੇਗਾ ਇੰਟਰਵਿਊ ਹੋਵੇਗੀ ਜੀ ਇੰਟਰਵਿਊ ਦੀ ਮਿਤੀ ਹੈ ਜੀ 8/6/2022 ਸਵੇਰੇ 9 ਵਜੇ ਰੈੱਡ ਕਰਾਸ ਦਫਤਰ ਸਾਦਿਕ ਚੌਂਕ ਫਰੀਦਕੋਟ ਵਿਖੇ ਇੰਟਰਵਿਊ ਹੋਵੇਗੀ ਜੀ ਜੋ ਪ੍ਰਧਾਨ ਜੀ ਨੇ ਜੀ ਅਸਾਮੀਆਂ ਦੀ ਗਿਣਤੀ ਉਹ ਘਟਾਵਦਾ ਵੀ ਸਕਦੇ ਨੇ ਜੀ ਇੰਟਰਵਿਊ ਦੇ ਸਮੇਂ ਜਦੋਂ ਤੁਸੀਂ ਜਾਣਾ ਜੀ ਅਸਲ ਸਰਟੀਫਿਕੇਟ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਸਮੇਂ ਸਿਰ ਹਾਜ਼ਰ ਹੋਣਾ ਜੀ ਬਿਨੈਕਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਮੇਂ-ਸਮੇਂ 'ਤੇ ਉਹ ਨਵੀਂ ਅਫੀਸ਼ੀਅਲ ਵੈੱਬਸਾਈਟ ਹੈ ਜੀ freedkot.nic.in ਨੂੰ ਚੈੱਕ ਕਰਦੇ ਰਹਿਣ ਤਾਂ ਜੋ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੈ ਜੀ ਉਹਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਇਸ ਤੋਂ ਇਲਾਵਾ ਕੋਈ ਵੀ ਅਲੱਗ ਪੱਤਰ ਨਹੀਂ ਭੇਜਿਆ ਜਾਵੇਗਾ ਜੀ ਨੋਟ ਕਰੋ ਜੀ ਜੋ ਰੈੱਡ ਕਰਾਸ ਹਸਪਤਾਲ ਭਲਾਈ ਸਾਖਾ ਹੈ ਜੀ ਫਰੀਦਕੋਟ ਵੱਲੋਂ ਚਾਰ ਮੈਡੀਕਲ ਸਟੋਰ ਚਲਾਏ ਜਾ ਰਹੇ ਹਨ ਜੀ ਇਨ੍ਹਾਂ ਮੈਡੀਕਲ ਸਟੋਰਾਂ ਵਿੱਚ ਹੈਠਾਂ ਲਿਖੇ ਅਨੁਸਾਰ ਨਿਯੁਕਤੀਆਂ ਬਿਲਕੁਲ ਆਰਜੀ ਤੌਰ ਤੇ ਕੰਟਰੈਕਟ بیس ਦੇ ਉੱਤੇ ਕੀਤੀਆਂ ਜਾਣੀਆਂ ਨੇ ਜੀ ਸਭ ਤੋਂ ਪਹਿਲਾਂ ਰੈੱਡ ਕਰਾਸ ਮੈਡੀਕਲ ਸਟੋਰ ਜੀਜੀਐਸ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਹੈ ਜੀ ਜਿੱਥੇ ਕਿ ਮੈਨੇਜਰ ਕਮ ਫਾਰਮਾਸਿਸਟ ਇੱਕ ਪੋਸਟ ਹੈ ਜੀ ਫਾਰਮਾਸਿਸਟ ਦੀਆਂ ਦੋ ਪੋਸਟਾਂ ਨੇ ਸੇਲਜ਼ਮੈਨ ਦੀਆਂ ਅੱਠ ਪੋਸਟਾਂ ਨੇ ਤੇ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਰੈੱਡ ਕਰਾਸ ਮੈਡੀਕਲ ਸਟੋਰ ਸਿਵਲ ਹਸਪਤਾਲ ਫਰੀਦਕੋਟ ਵਿਖੇ ਹੈ ਜੀ ਫਾਰਮਾਸਿਸਟ ਦੀ ਇੱਕ ਪੋਸਟ ਹੈ ਸੇਲਜ਼ਮੈਨ ਦੀ ਦੋ ਪੋਸਟਾਂ ਨੇ ਜਨ ਆਫਤੀ ਜਨਰਿਕ ਡਰੱਗ ਸਟੋਰ ਸਿਵਲ ਹਸਪਤਾਲ ਫਰੀਦਕੋਟ ਵਿਖੇ ਫਾਰਮਾਸਿਸਟ ਦੀ ਦੋ ਪੋਸਟਾਂ ਨੇ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਸਿਮਲਾ ਹਸਪਤਾਲ ਕੋਟਕਪੂਰਾ ਫਾਰਮਾਸਿਸਟ ਦੀ ਇੱਕ ਪੋਸਟ ਹੈ ਸੇਲਜ਼ਮੈਨ ਦੀਆਂ ਦੋ ਪੋਸਟਾਂ ਅਤੇ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਹੈ ਜੀ ਹੁਣ ਤੁਹਾਨੂੰ ਯੋਗਤਾ ਦੱਸਦੇ ਹਾਂ ਜੀ ਇਹਨਾਂ ਅਸਾਮੀਆਂ ਵਾਸਤੇ ਤੇ ਤਨਖਾਹ ਦੱਸਦੇ ਹਾਂ ਮੈਨੇਜਰ ਕਮ ਫਾਰਮਾਸਿਸਟਾ ਉਸਦੇ ਲਈ ਜੋ ਯੋਗਤਾ ਰੱਖੀ ਗਈ ਹੈ ਜੀ ਡੀ ਫਾਰਮੇਸੀ ਕੀਤੀ ਹੋਵੇ ਜੀ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਵੇ ਬੀ ਫਾਰਮੇਸੀ ਵਾਲੇ ਉਮੀਦਵਾਰ ਨੂੰ 2 ਅੰਕ ਅਤੇ ਐਮ ਫਾਰਮੇਸੀ ਵਾਲੇ ਉਮੀਦਵਾਰ ਨੂੰ 3 ਅੰਕ ਵਾਧਾ ਦਿੱਤੇ ਜਾਣਗੇ 21 ਤੋਂ 37 ਸਾਲ ਤੱਕ ਉਮਰ ਹੋਵੇ ਜੀ ਘੱਟੋ-ਘੱਟ ਤੇ 5 ਲੱਖ ਰੁਪਏ ਦੀ ਸਕਿਉਰਿਟੀ ਇਨਡੈਮਨਿਟੀ ਬਾਂਡ ਰੈੱਡ ਕਰਾਸ ਹਸਪਤਾਲ ਭਲਾਈ ਸਾਕਾ ਫਰੀਦਕੋਟ ਦੇ ਨਾਮ ਤੇ ਪਰ ਨਾ ਹੋਵੇਗਾ ਜੀ 25000 ਰੁਪਏ ਪ੍ਰਤੀ ਮਹੀਨਾ ਨੂੰ ਤਨਖਾਹ ਦਿੱਤੀ ਜਾਵੇਗੀ ਜੀ ਉਸ ਤੋਂ ਬਾਅਦ ਫਾਰਮਾਸਿਸਟ ਦੀ ਪੋਸਟ ਹੈ ਜੀ ਡੀ ਫਾਰਮੇਸੀ ਕੀਤੀ ਹੋਵੇ ਜੀ ਘੱਟੋ-ਘੱਟ 2 ਸਾਲ ਦਾ ਤਜਰਬਾ ਹੋਵੇ ਬੀ ਫਾਰਮੇਸੀ ਵਾਲੇ ਨੂੰ 2 ਅੰਕ ਤੇ ਐਮ ਫਾਰਮੇਸੀ ਵਾਲੇ ਨੂੰ 3 ਅੰਕ ਵਾਧਾ ਦਿੱਤੇ ਜਾਣਗੇ ਜੀ 21 ਤੋਂ 27 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ ਘੱਟੋ ਘੱਟ 3 ਲੱਖ ਰੁਪਏ ਦੀ ਸਕਿਉਰਿਟੀ ਇੰਡੈਮਨਿਟੀ ਬੌਂਡ ਰੈੱਡ ਕਰਾਸ ਹਸਪਤਾਲ ਫਲਾਈ ਸੱਖਾ ਫਰੀਦਕੋਟ ਦੇ ਨਾਮ ਤੇ ਭਰਨਾ ਹੋਵੇਗਾ ਜੀ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਸੇਲਜ਼ਮੈਨ ਦੀਆਂ ਅਸਾਮੀਆਂ ਨੇ ਜੀ ਡੀ ਫਾਰਮੇਸੀ ਜਾਂ ਬੀ ਐਮ ਬੀ ਐਸ ਸੀ ਨਰਸਿੰਗ ਪਾਸ ਕੀਤੀ ਹੋਵੇ ਜੀ ਪਾਸ ਕਟੋ-ਕਟ 1 ਸਾਲ ਦਵਾਈਆਂ ਦੀ ਸੇਲ ਸਬੰਧੀ ਵਾਜਬ ਤਜਰਬਾ ਹੋਵੇ 21 ਤੋਂ 37 ਸਾਲ ਉਮਰ ਸੀਮਾ ਹੋਵੇ ਜੀ ਕਟੋ-ਕਟ 3 ਲੱਖ ਰੁਪਏ ਦੀ ਸਕਿਉਰਿਟੀ ਇੰਡੈਮਨਿਟੀ ਬਾਂਡ ਰੈੱਡ ਕਰਾਸ ਹਸਪਤਾਲ ਭਲਾਈ ਸਾਖਾ ਪ੍ਰੀਤਕੋਟ ਦੇ ਨਾਮ ਤੇ ਭਰਨਾ ਹੋਵੇਗਾ ਜੀ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਜੀ ਪਲੱਸ 2 ਤੁਸੀਂ ਪਾਸ ਕੀਤੀ ਹੈ ਜੀ ਕਟੋ-ਕਟ 1 ਸਾਲ ਦਾ ਕੰਪਿਊਟਰ ਕੋਰਸ ਕੀਤਾ ਹੈ ਜੀ ਇਸ ਤੋਂ ਇਲਾਵਾ ਬੀਜੀ ਵਿੱਚ ਬਿਜੀ ਅਤੇ ਮਾਰਗ ਵਿੱਚ ਮਹਾਰਤ ਹੋਵੇ ਜੀ ਉਮਰ 21 ਤੋਂ 37 ਸਾਲ ਹੋਵੇ ਜੀ ਉਸ ਨੂੰ ਘੱਟੋ ਘਾਟ 1 ਲੱਖ ਰੁਪਏ ਦੀ ਸਕਿਉਰਿਟੀ ਡੈਮ ਇਨਡੈਮਨਿਟੀ ਬਾਂਡ ਰੈਟ ਕਰਾ ਹਸਪਤਾਲ ਪਲਾਇਸਾ ਕਾ ਫਰੀਦਕੋਟ ਦੇ ਨਾਮ ਤੇ ਭਰਨਾ ਹੋਵੇਗਾ ਜੀ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਕਾਊਂਟੈਂਟ ਕਮਰ ਸੁਪਰਵਾਈਜ਼ਰ ਜੀ ਬੀ ਕਾਮ ਪਾਸ ਕੀਤੀ ਹੋਵੇ ਜੀ ਦਵਾਈਆਂ ਵੀ ਫਾਰਮ ਦੇ ਤਜਰਬੇ ਵਾਲੇ ਬਿਨਕਾਰ ਨੂੰ ਤਰਜੀਹ ਦਿੱਤੀ ਜਾਵੇਗੀ ਘੱਟੋ ਘਾਟ 3 ਸਾਲ ਦਾ ਤਜਰਬਾ ਹੋਵੇ ਵਿਜੀ ਅਤੇ ਮਾਰਗ ਵਿੱਚ ਮਹਾਰਤ ਰੱਖਦਾ ਹੋਵੇ ਉਮੀਦਵਾਰ ਦੀ ਉਮਰ 21 ਤੋਂ 37 ਸਾਲ ਹੋਵੇ ਕਟੋਕਾ 1 ਲੱਖ ਰੁਪਏ ਦੀ ਸਕਿਉਰਿਟੀ ਇੰਡੈਮਨਿਟੀ ਬਾਂਡ ਰੈੱਡ ਕਰਾਸ ਹਸਪਤਾਲ ਭਲਾਈ ਸਾਖਾ ਫਰੀਦਕੋਟ ਦੇ ਨਾਮ ਤੇ ਪਰਨਾ ਹੋਵੇਗਾ ਇਹ ਕਰਮਚਾਰੀ ਚਾਰੇ ਸਟੋਰਾਂ ਉੱਪਰ ਸਟਾਕ ਅਤੇ ਕਾਊਂਟਸ ਨੂੰ ਮੇਨਟੇਨ ਕਰਨ ਲਈ ਜ਼ਿੰਮੇਵਾਰ ਹੋਵੇਗਾ ਜੀ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਫਾਰਮੇਸੀ ਅਤੇ ਬੈਨੇਕਰ ਪਾਸ ਵੈਲਡ ਪੰਜਾਬ ਸਟੇਟ ਫਾਰਮੇਸੀ ਕਾਉਂਸਲ ਦਾ ਰਜਿਸਟ੍ਰੇਸ਼ਨ ਸਰਟੀਫਿਕੇਟਾ ਹੋਣਾ ਜ਼ਰੂਰੀ ਹੈ ਜੀ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਜਾਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਚੰਗੀ ਤਰ੍ਹਾਂ ਇਹ ਸਾਰੇ ਰੀਡ ਕਰਕੇ ਜੀ ਟਰਮ ਐਂਡ ਕੰਡੀਸ਼ਨ ਫੇਰ ਹੀ ਇਹਨਾਂ ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਜੀ ਹੁਣ ਮਿਲਦੇ ਆਂ ਜੀ ਨਵੀਆਂ ਪੋਸਟਾਂ ਨਾਲ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਂਗੇ ਜੀ ਹੁਣ ਮਿਲਦੇ ਆਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ